ਉਹ ਵੀ ਰਾਣੀ ਅੱਜ ਕੀ ਬਣਾਉਣ ਲੱਗੀ ਤੂੰ? ਪਿਆਜ਼ ਵਾਲੇ ਪਕੌੜੇ। ਅੱਛਾ, ਪਿਆਜ਼ ਕੱਟ ਕੇ ਲੰਬੇ ਲੰਬੇ? ਹਾਂਜੀ। ਤੇ ਆ ਉੱਤੇ ਪਾਇਆ ਬੇਸਣ। ਹੈ ਹਾਂ, ਉਹਨੂੰ ਪਾਵਾਂਗੇ ਮੇਥੀ ਦੇ ਵਿੱਚ, ਕਸੂਰੀ ਮੇਥੀ। ਅੱਛਾ, ਕਸੂਰੀ ਮੇਥੀ, ਠੀਕ ਹੈ। ਤੇ ਆ ਕੀ ਘੋਲਿਆ? ਹਲਦੀ ਹਰਮਨ ਨੇ ਖਾਣੇ, ਛੋਟੇ ਬੇਬੀ ਨੇ, ਜੇ ਕਿਸੇ ਨੇ ਹਰੀ ਮਿਰਚ ਪਾਉਣੀ ਤੇ ਵੀ ਪਾ ਸਕਦੇ ਇਹਦੇ ਵਿੱਚ, ਠੀਕ ਹੈ ਜੀ। ਤੇ ਇੱਧਰ ਆਪਣੇ ਆਲੂ ਹੋ ਰਹੇ ਤਿਆਰ, ਆਹ ਬਾਕੀ ਆਪਾਂ ਮਟੀਰੀਅਲ ਤਿਆਰ ਕਰਕੇ ਰੱਖ ਲਿਆ ਨਾਲ ਦੀ ਨਾਲ ਸਾਰਾ। ਇਹਦੇ ਵਿੱਚ ਥੋੜਾ ਲੂਣ ਆ ਗਿਆ, ਨਮਕ ਸਵਾਦ ਅਨੁਸਾਰ, ਧਨੀਆ ਆਪਣਾ ਫੇਂਕ ਕੇ ਮਾਰਾ ਹੈ, ਠੀਕ ਹੈ, ਹਰਾ ਧਨੀਆ। ਲਓ ਜੀ, ਜਿਹਨਾਂ ਨੂੰ ਇਹਦੀ ਹਵਾ ਨਿਕਲ ਰਹੀ ਆ ਆਲੂਆਂ ਦੀ, ਇਹਨਾਂ ਨੂੰ ਆਪਣਾ ਮਿਕਸਚਰ ਤਿਆਰ ਹੋ ਗਿਆ, ਠੀਕ ਹੈ ਜੀ। ਅਸੀਂ ਮਿਕਸਚਰ ਨੂੰ ਚੰਗੀ ਤਰ੍ਹਾਂ ਕਰ ਦੇਣਾ। ਲਓ ਜੀ, ਤੇਲ ਆਪਾਂ ਗਰਮ ਹੋਣ ਰੱਖਤਾ ਆ, ਠੀਕ ਹੈ ਜੀ। ਇੱਧਰ ਆਪਣਾ ਮਿਕਸਚਰ ਤਿਆਰ ਹੋ ਗਿਆ, ਉੱਧਰ ਆਲੂ ਤਿਆਰ ਹੋ ਜਾਣੇ ਆ, ਉਹਨਾਂ ਨੂੰ ਤੇਲ ਆਪਾਂ, ਜਿਹਨਾਂ ਨੂੰ ਆਲੂ ਠੰਡੇ ਹੁੰਦੇ ਆ ਉਹਨਾਂ ਨੂੰ ਤੇਲ ਗਰਮ ਕਰ ਲਈਏ। ਉਹ ਜੀ, ਤੇਲ ਹੋ ਗਿਆ ਆਪਣਾ ਗਰਮ, ਇਹ ਬਣਨ ਲੱਗੇ ਹੁਣ ਆਪਣੇ ਪਹਿਲਾਂ ਪਿਆਜ਼ ਵਾਲੇ ਪਕੌੜੇ, ਉਸ ਤੋਂ ਬਾਅਦ ਬ੍ਰੈਡ ਵੀ ਰੈਡੀ ਹੋ ਰਿਹਾ ਉੱਧਰ। ਇੱਧਰ ਹੋ ਰਿਹਾ ਆਪਣਾ, ਇੱਧਰ ਹੋ ਰਿਹਾ ਜੀ ਆਪਣੇ ਆਲੂ, ਠੀਕ ਹੈ ਜੀ, ਇਹ ਆ ਰਹੇ ਬ੍ਰੈਡਾਂ ਵਾਸਤੇ। ਇੱਧਰ ਆਪਣੇ ਹੋ ਰਹੇ ਪਿਆਜ਼ ਵਾਲੇ ਪਕੌੜੇ, ਆਲੂ ਤਿਆਰ ਹੋਣ ਲੱਗੇ ਆ। ਇਹਦੇ ਵਿੱਚ ਦੋ ਤਿੰਨ ਹਰੀਆਂ ਮਿਰਚਾਂ, ਦੋ ਤਿੰਨ ਪਿਆਜ਼ ਕੱਟ ਕੇ ਇਹਦੇ ਵਿੱਚ ਪਾ ਲਏ, ਠੀਕ ਹੈ ਜੀ। ਇਹ ਕੀ ਆ? ਗਰਮ ਮਸਾਲਾ, ਠੀਕ ਹੈ। ਧਨੀਆ ਪਾਊਡਰ, ਧਨੀਆ ਪਾਊਡਰ, ਅਤੇ ਥੋੜ੍ਹੀ ਜਿਹੀ ਅਜਵੈਣ ਇੱਦਾਂ ਰਗੜ ਕੇ, ਠੀਕ ਹੈ ਜੀ। ਅਤੇ ਸਵਾਦ ਅਨੁਸਾਰ ਲੂਣ ਪਾ ਲਿਓ ਆਪਣਾ। ਹੁਣ ਹੱਥ ਧੋ ਕੇ ਅਤੇ ਪੈ ਜਾਓ ਇਹਦੇ ਪਿੱਛੇ, ਉਹਨਾਂ ਤੋਂ ਚੰਗੀ ਤਰ੍ਹਾਂ ਇਹਨੂੰ। ਇੱਧਰ ਪਕੌੜੇ ਆਪਣੇ ਰੈਡੀ ਹੋ ਚੁੱਕੇ ਆ ਜੀ, ਆਹ ਦੇਖੋ ਕਿੰਨੇ ਕਰੰਚੀ ਕਰੰਚੀ ਪਕੌੜੇ ਬਣੇ, ਆਵਾਜ਼ ਆ ਰਹੀ ਹੋਣੀ ਤੁਹਾਨੂੰ ਨਾ, ਕਰੰਚੀ ਕਰੰਚੀ ਪਕੌੜੇ ਬਣ ਗਏ। ਲਓ ਜੀ, ਇੱਦਾਂ ਇਹਦੇ ਵਿੱਚ ਲਗਾ ਕੇ ਚੰਗੀ ਤਰ੍ਹਾਂ ਆਲੂ, ਅਤੇ ਇਹਨੂੰ ਕਰ ਦਿਓ ਬੰਦ। ਲਓ ਜੀ, ਇੱਦਾਂ ਹੀ ਆਪਾਂ ਸਾਰੇ ਆਲੂ ਭਰ ਲੈਣੇ ਇਹਨਾਂ ਬ੍ਰੈਡਾਂ ਦੇ ਵਿੱਚ। ਲਓ ਜੀ, ਜਿੰਨੇ ਨੂੰ ਆਪਣੇ ਪਕੌੜੇ ਤਿਆਰ ਹੋ ਰਹੇ ਆ ਉਹਨਾਂ ਨੂੰ ਆਪਾਂ ਬ੍ਰੈਡ ਵੀ ਤਿਆਰ ਕਰ ਲਏ, ਠੀਕ ਹੈ ਜੀ। ਇੱਧਰ ਟਾਈਮ ਘੱਟ ਵੇਸਟ ਹੁੰਦਾ, ਦੋ ਜਣੀਆਂ ਲੱਗੀਆਂ ਫਟਾਫਟ ਕਰੀ ਜਾਂਦੀਆਂ, ਇੱਕ ਜਣੀ ਇੱਧਰ ਲੱਗੀ, ਇੱਕ ਜਣੀ ਇੱਧਰ ਲੱਗੀ ਆ। ਲਓ ਜੀ, ਆ ਪਕੌੜੇ ਵੀ ਆਪਣੇ ਹੋ ਗਏ ਰੈਡੀ, ਇਹ ਕੱਢ ਲਏ ਆ। ਇੱਧਰ ਬ੍ਰੈਡਾਂ ਦੀ ਤੈਅ ਲੱਗ ਗਈ ਆ, ਬਸ ਇੱਧਰ ਇਹਦੇ 'ਚ ਡਿਪ ਕਰ ਕਰਕੇ ਅਤੇ ਹੁਣ ਫਰਾਈ ਕਰੀ ਜਾਣੇ ਆ। ਚਲੋ, ਇਹ ਆ ਗਈ ਆਪਣੇ ਬ੍ਰੈਡਾਂ ਦੀ ਵਾਰੀ, ਬ੍ਰੈਡ ਕੀਤੇ ਵਿੱਚ ਡਿਪ, ਅਤੇ ਬੈਟਰ ਜਾਣਗੇ ਪਤਲਾ ਰੱਖਿਆ ਸੀਗਾ ਕਿ ਜ਼ਿਆਦਾ ਮੋਟਾ ਫਿਰ ਖਾਇਆ ਨਹੀਂ ਜਾਂਦਾ, ਔਡ ਜਿਹੇ ਲੱਗਦੇ ਆ। ਲਓ ਜੀ, ਆਪਣੇ ਪਕੌੜੇ ਰੈਡੀ ਹੋ ਗਏ। ਇੱਧਰ
ਇੱਧਰ ਆਪਣੇ ਬ੍ਰੈਡ ਹੁਣ ਰੈਡੀ ਹੋ ਰਿਹਾ। ਠੀਕ ਹੈ ਜੀ, ਆਹ ਦੇਖੋ ਬਸ ਦੋ ਦੋ ਕਰਕੇ ਪਾ ਲੈਂਦੇ ਹਾਂ ਕੜਾਹੀ 'ਚ। ਇੱਧਰ ਨਾਲ ਨਾਲ ਥੋੜ੍ਹਾ ਥੋੜ੍ਹਾ ਤੇਲ ਇਹਦੇ ਉੱਪਰ ਐਂ ਕਰਕੇ ਪਾ ਲਓ ਬਸ, ਇੱਧਰਲੇ ਸਾਈਡ 'ਚ ਵੀ ਉਹ ਥੋੜ੍ਹਾ ਘਾ ਜਿਹਾ ਹੋ ਜਾਂਦਾ। ਫੇਰ ਵਿੱਚੋਂ ਕੱਟ ਮਾਰ ਦੇਣਾ, ਫਿਰ ਇਹਦੇ ਹਾਫ ਆਫ ਕਰ ਲਾਂਗੇ। ਇੱਕ ਵਾਰੀ ਪਹਿਲਾਂ ਬਣਾ ਲੈਣੇ ਆਪਾਂ, ਫਿਰ ਕੱਟ ਕੇ ਉਸ ਤੋਂ ਬਾਅਦ ਫਿਰ ਥੋੜ੍ਹੇ ਜਿਹੇ ਫਰਾਈ ਕਰ ਦੇਣਾ, ਫਿਰ ਇਹਨੂੰ ਵਧੀਆ ਬਣ ਜਾਣੇ ਆ। ਇੱਕ ਵਾਰੀ ਕੱਚੇ ਕਰ ਕਰਕੇ ਕੱਢੀ ਜਾਵਾਂਗੇ। ਲਿਆਓ ਜੀ, ਇੱਕ ਵਾਰੀ ਕੱਚੇ ਹੋ ਗਏ ਥੋੜ੍ਹੇ ਜਿਹੇ। ਫਿਰ ਫੋਨ ਫੜਿਆ ਨਾ, ਫਿਰ ਹਿਸਾਬ ਜਿਹਾ ਨਹੀਂ ਰਹਿੰਦਾ। ਮੈਂ ਛੱਡ ਉਹਨੂੰ, ਉਹ ਤਾਂ ਰਹਿਣ ਦੇ, ਕੋਈ ਚੱਕਰ ਨਹੀਂ। ਦੂਜੇ ਪਾ ਅਤੇ ਦੂਜੇ ਬ੍ਰੈਡ ਡਿਪ ਕਰਕੇ ਧਿਆਨ ਨਾਲ ਬਿਲਕੁਲ ਪਾਉਣੇ ਕਿ ਹੱਥ ਤੇਲ ਨੂੰ ਨਾ ਲੱਗੇ, ਕਿਉਂਕਿ ਤੇਲ ਬਹੁਤ ਜ਼ਿਆਦਾ ਗਰਮ ਹੁੰਦਾ ਹੈ। ਲਓ ਜੀ, ਆਹ ਆਪਾਂ ਕੱਚੇ ਕਰਕੇ ਉਹਨੂੰ ਕੱਢ ਲਏ ਇੱਕ ਵਾਰੀ, ਬਾਅਦ ਵਿੱਚ ਇਹਨਾਂ ਨੂੰ ਕੱਟ ਕੇ ਇੱਕ ਵਾਰੀ ਫਿਰ ਫਰਾਈ ਕਰਦੇ ਹੋਏ, ਫਿਰ ਵਧੀਆ ਅੰਦਰੋਂ ਵੀ ਨਾ ਆਲੂ ਉਲੂ ਐਨ ਵਧੀਆ ਤਰੀਕੇ ਨਾਲ ਫਰਾਈ ਹੋ ਜਾਂਦੇ। ਫਿਰ ਹੁਣ ਇੱਕ ਵਾਰੀ ਇੱਦਾਂ ਹੀ ਸਾਰਿਆਂ ਨੂੰ ਕੱਚੇ ਕਰ ਕਰਕੇ ਕੱਟ ਲਵਾਂਗੇ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਜਦੋਂ ਫਰਾਈ ਕਰਦੇ ਫਿਰ ਤੁਹਾਨੂੰ ਦੁਬਾਰਾ ਦਿਖਾਉਂਦੇ ਹਾਂ। ਇਹ ਦੇਖੋ ਜੀ, ਇੱਦਾਂ ਤੁਸੀਂ ਚਾਰ ਚਾਰ ਪੀਸ ਵੀ ਕਰ ਸਕਦੇ ਇਹਦੇ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਦੁਬਾਰਾ ਫਰਾਈ ਕਰ ਲਵਾਂਗੇ। ਇਹਦੇ ਨਾਲ ਇਹ ਫਾਇਦਾ ਹੁੰਦਾ ਆਹ ਕਨਾਰੀਆਂ ਬਹੁਤ ਵਧੀਆ ਕੁਰਕਰੀਆਂ ਜਿਹੀਆਂ ਹੋ ਜਾਂਦੀਆਂ। ਠੀਕ ਹੈ ਜੀ, ਚਾਰ ਚਾਰ ਪੀਸ ਵੀ ਕਰ ਸਕਦੇ ਹਾਂ ਅਤੇ ਇੱਦਾਂ ਕਰਕੇ ਦੋ ਦੋ ਪੀਸ ਵੀ ਕਰ ਸਕਦੇ ਹਾਂ। ਫਿਰ ਆਹ ਵਿੱਚ ਆਲੂ ਵੀ ਵਧੀਆ ਫਰਾਈ ਹੋ ਜਾਂਦੇ ਆ। ਠੀਕ ਹੈ ਜੀ, ਹਾਲੇ ਆਪਾਂ ਕੱਚੇ ਕਰਕੇ ਕੱਢੇ ਸੀਗੇ, ਹੁਣ ਦੁਬਾਰਾ ਇਹਨੂੰ ਇਹ ਕੱਢਣ ਤੋਂ ਬਾਅਦ ਸਾਰੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਫਰਾਈ ਕਰਾਂਗੇ ਇੱਕ ਵਾਰੀ, ਇਹਨਾਂ ਨੂੰ ਵੀ ਅਤੇ ਆਹ ਜਿਹੜੇ ਚਾਰ ਚਾਰ ਕੀਤੇ ਇਹਨਾਂ ਨੂੰ ਵੀ, ਇਹਨਾਂ ਨੂੰ ਵੀ ਆਪਾਂ ਅੱਧੇ 'ਤੇ ਕੱਟ ਲੈਣਾ। ਅਤੇ ਆਹ ਜਿਹੜੇ ਆਲੂ ਬਚੇ ਆ ਇਹਦੀ ਇੱਦਾਂ ਕਰਕੇ ਆਪਾਂ ਥੋੜ੍ਹੇ ਛੋਟੇ ਛੋਟੇ ਲੱਡੂ ਜਿਹੇ ਬਣਾ ਕੇ, ਜਿੱਦਾਂ ਚੀਜ਼ ਬੋਲ ਨਹੀਂ ਬਣਦੇ ਪੋਟੈਟੋ ਬੋਲਸ, ਉੱਦਾਂ ਇਹ ਕਰਕੇ ਅਤੇ ਤਲ ਲੈਣੇ ਆਪਾਂ ਬੇਸਣ ਦੇ ਵਿੱਚ ਕਰਕੇ। ਚਲੋ ਇਹ ਦੇਖੋ, ਇਹ ਚੀਜ਼ ਬੋਲਾਂ ਜਿਹੀਆਂ ਬਣਾ ਕੇ ਆਲੂ ਦੀਆਂ, ਠੀਕ ਆ, ਸਾਈਡ 'ਤੇ ਇਹਨਾਂ ਨਾਲ ਨਾਲ ਫਰਾਈ ਕਰ ਲਵੇ। ਇਹ ਵੀ ਬਹੁਤ ਸਵਾਦ ਚੀਜ਼ ਬਣਦੀ ਆ। ਬੇਸਣ ਥੋੜ੍ਹਾ ਜਿਹਾ ਮੋਟਾ ਹੋਵੇ ਇਹਦੇ ਕਰਕੇ, ਇਹਨਾਂ ਉੱਤੇ ਥੋੜ੍ਹਾ ਜਿਹਾ ਮੋਟਾ ਕਰ ਲਵੇ ਬੇਸਣ। ਹੁਣ ਆਪਾਂ ਥੋੜ੍ਹਾ ਪਤਲੇ ਰੱਖਿਆ, ਕਿਉਂਕਿ ਸਾਨੂੰ ਚਾਹੀਦਾ ਨਹੀਂ, ਅਸੀਂ ਜਿੰਨਾ ਕਹਿਗਾ ਉੱਨਾ ਕੀ ਕਰ ਦੇਣਾ, ਡਬਲ ਕੋਟਿੰਗ ਕਰ ਦਾਂਗੇ ਦੁਬਾਰਾ। ਡਬਲ ਕੋਟਿੰਗ ਵੀ ਤੁਸੀਂ ਕਰ ਸਕਦੇ ਜੇ ਕਰਨੀ ਹੈ ਤਾਂ, ਇੱਕ ਵਾਰੀ ਥੋੜ੍ਹੇ ਕੱਚੇ ਕਰਕੇ ਦੁਬਾਰਾ ਡਬਲ ਕੋਟਿੰਗ ਜੇ ਕਰਨੀ ਹੈ ਤਾਂ, ਜੇ ਜ਼ਿਆਦਾ ਪਤਲਾ ਬੇਸਣ ਹੋਵੇ ਤਾਂ। ਇਹ ਹੋ ਗਿਆ ਆਪਣੇ ਪਕੌੜੇ ਤਿਆਰ, ਫਾਈਨਲ ਪ੍ਰੋਡਕਟ। ਇਹ ਦੇਖੋ, ਜਿੱਦਾਂ ਹਲਵਾਈਆਂ ਨੇ ਕੱਢਦੇ ਨੇ ਵਿਆਹਾਂ ਦੇ ਵਿੱਚ, ਉੱਦਾਂ ਹੋ ਗਏ। ਇਹ ਆਪਣੇ ਬ੍ਰੈਡ ਪਕੌੜੇ ਹੋ ਗਏ, ਇਹ ਆਪਣੇ ਦੂਜੇ ਪਿਆਜ਼ ਵਾਲੇ ਪਕੌੜੇ ਹੋ ਗਏ। ਠੀਕ ਹੈ ਜੀ, ਇਹ ਆਪਣੇ ਬ੍ਰੈਡ ਪਕੌੜੇ ਦੂਸਰੇ ਜਿਹੜੇ ਸਿੰਪਲ ਤਰੀਕੇ ਨਾਲ ਕੱਟੇ ਜਿੱਦਾਂ ਹੋਟਲਾਂ 'ਚ ਮਿਲਦੇ ਆ ਬ੍ਰੈਡ ਪੀਸ। ਇਹ ਆਪਣੀ ਚਟਨੀ ਆ। ਠੀਕ ਹੈ ਜੀ, ਆਪਣੀ ਨਾਲ ਚਾਹ ਰੈਡੀ ਆ। ਤੋ ਚੱਲ ਬਈ, ਤੁਸੀਂ ਵੀ ਬਣਾ ਕੇ ਦੇਖੋ ਸਾਰੇ ਜਣੇ। ਮਿਲਦੇ ਹਾਂ ਅਗਲੇ ਵਲੌਗ 'ਚ। ਸਤਿ ਸ਼੍ਰੀ ਅਕਾਲ।